ਬਲਕੌਰ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਕਿ ਚੱਪੜੀ ਚ ਪਾਣੀ ਪਾ ਕੇ ਨੱਕ ਡਬੋ ਕੇ ਮਰ ਜਾ ਤੇ ਜਾਂ ਚੁੱਪ ਕਰਕੇ ਆਪਣੇ ਪੁੱਤਰ ਦੇ ਇਕੱਠੇ ਕੀਤੇ ਪੈਸਿਆਂ ਨਾਲ ਕੈਂਸਰ ਦਾ ਹਸਪਤਾਲ ਬਣਾ ਕੇ ਤੇ ਬਠਿੰਡੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਤੇ ਕੋਈ ਜਾਂਦਾ ਜਾਂਦਾ ਨਾ ਖੱਟ ਲੈ ਤੇ ਨਹੀਂ ਤੇ ਹੁਣ 2027 ਤੱਕ ਤੇਰਾ ਭਾਂਡਾ ਹੀ ਮੁੱਦਾ ਪੈ ਜਾਣਾ ਤੇਰੀਆਂ ਕਈ ਜਾਂਚਾਂ ਹੋਣੀਆਂ ਨੇ ਜਿਹੜਾ ਬਾਹਰੋਂ ਪੈਸਾ ਆ ਰਿਹਾ ਤੈਨੂੰ ਇਹਦਾ ਵੀ ਸਾਰਾ ਹਿਸਾਬ ਕਿਤਾਬ ਹੁਣ ਸਰਕਾਰਾਂ ਤੇਰੇ ਤੋਂ ਲੈਣਗੀਆਂ ਬਹੁਤ ਮੱਛਰਿਆਂ ਤੂੰ ਤੇ ਮਛਰਿਆਂ ਤੇਰਾ ਬਹੁਤ ਛੇਤੀ ਠੀਕ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਪਰਿਵਾਰ ਮੂਸੇਵਾਲਾ ਤੇ ਉਹਦੇ ਚਾਹਣ ਵਾਲੇ ਜਿਨ੍ਹਾਂ ਨੂੰ ਮੇਰੀ ਸਵੇਰੀ ਪਾਈ ਵੀਡੀਓ ਦੇ ਵਿੱਚ ਦੋ ਗੱਲਾਂ ਚੁਭੀਆਂ ਜਿਹਦੇ ਕਰਕੇ ਉਹਨਾਂ ਨੇ ਮੈਨੂੰ ਕਾਫੀ ਫੋਨ ਕੀਤੇ ਨੇ ਤੇ ਮੈਂ ਆਪਣੇ ਭਾਈਚਾਰੇ ਨਾਲ ਸਹਿਮਤ ਹਾਂ ਜਿਹੜੇ ਲਫ਼ਜ਼ ਮੈਂ ਗਲਤ ਬੋਲੇ ਨੇ ਜਿਹੜੇ ਚੁਭੇ ਨੇ ਉਹਨਾਂ ਲਈ ਮੈਂ ਸ਼ਰੇ ਹਾਂ ਖੁੱਲ੍ਹੇ ਦਿਲ ਨਾਲ ਮਾਫ਼ੀ ਮੰਗ ਰਿਹਾ ਅਤੇ ਬੜੇ ਜਜ਼ਬਾਤੀ ਹੋ ਕੇ ਮਾਫ਼ੀ ਮੰਗ ਰਿਹਾ ਇਸ ਹੋ ਸਕਦਾ ਇਹ ਘਟਨਾ ਕੱਲ੍ਹ ਸਾਡੇ ਨਾਲ ਵੀ ਹੋ ਸਕਦੀ ਹੈ ਅਤੇ MLA ਦਾ ਕੋਈ ਰੋਲ ਨਹੀਂ ਨਾ ਮੈਂ MLA ਦੁਕਾਨ 'ਤੇ ਵੀਡੀਓ ਪਾਉਂਦਾ ਹੁੰਦਾ ਮੈਂ ਤਾਂ ਆਪਣੀ ਮਰਜ਼ੀ ਨਾਲ ਪਾਉਂਦਾ ਜਦੋਂ ਮਰਜ਼ੀ ਮੇਰੀਆਂ ਵੀਡੀਓ ਚੈੱਕ ਕਰ ਲਓ ਅਤੇ